ਤਹਨੇਰੀ ਕਰਕੇ ਗੱਡੀਆਂ ਤੇ ਕੰਧਾਂ ਡਿੱਗ ਪਈਆਂ ਨੇ, ਲੱਖਾਂ ਦੀਆਂ ਗੱਡੀਆਂ ਕਬਾੜ ਬਣ ਗਈਆਂ। ਆਪਣੀਆਂ ਗੱਡੀਆਂ ਦਾ ਖਿਆਲ ਰੱਖੋ ਜੋ ਘਰ ਤੋਂ ਬਾਹਰ ਖੜੀਆਂ ਹੋਈਆਂ ਨੇ, ਜੇਕਰ ਰੁੱਖਾਂ ਹੇਠਾਂ ਖੜੀਆਂ ਨੇ, ਜੇ ਕਿਤੇ ਕਮਜ਼ੋਰ ਕੰਧ ਦੇ ਨੇੜੇ ਖੜੀ ਹੈ ਤੁਹਾਡੀ ਗੱਡੀ ਤਾਂ ਦੂਰ ਕਰ ਲਵੋ ਉਹਨਾਂ ਗੱਡੀਆਂ ਨੂੰ, ਸੇਫ ਜਗ੍ਹਾ 'ਤੇ ਖੜਾ ਲਓ, ਕਿਉਂਕਿ ਇਹ ਗੱਡੀਆਂ ਮਿਹਨਤ ਦੇ ਨਾਲ ਕਮਾਈਆਂ ਜਾਂਦੀਆਂ ਨੇ, ਮਿਹਨਤ ਦੇ ਨਾਲ ਖਰੀਦੀਆਂ ਜਾਂਦੀਆਂ ਨੇ। ਜੇਕਰ ਅਜਿਹੇ ਹਨੇਰੀ ਕਰਕੇ ਨੁਕਸਾਨ ਹੋ ਜਾਵੇ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਕੀ ਹਾਲ ਹੋਵੇਗਾ, ਕਿਉਂਕਿ ਇੰਸ਼ੋਰੈਂਸ ਵੀ ਕਈ ਵਾਰ ਨਹੀਂ ਕਵਰ ਹੁੰਦੀ ਇਸ ਦੇ ਵਿੱਚ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਾਬਾ ਇਨਕਲੇਵ ਦੀਆਂ, ਜਿੱਥੇ ਮੁਹੱਲੇ ਦੇ ਲੋਕਾਂ ਨੇ ਖਾਲੀ ਪਲਾਟ ਦੇ ਵਿੱਚ ਆਪਣੀਆਂ ਗੱਡੀਆਂ ਪਾਰਕ ਕੀਤੀਆਂ ਹੋਈਆਂ ਸੀ, ਪਰ ਸ਼ਾਮ ਨੂੰ ਅਚਾਨਕ ਅੱਜ ਹਨੇਰੀ ਆ ਗਈ। ਪੂਰੇ ਪੰਜਾਬ ਭਰ ਦੇ ਵਿੱਚ ਹਨੇਰੀ ਆਈ ਹੈ, ਜਿਸ ਕਰਕੇ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਹੈ। ਤੇ ਉਹਨਾਂ ਦੇ ਵਿੱਚੋਂ ਇਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਫਿਰੋਜ਼ਪੁਰ ਦੇ ਵਿੱਚ ਇੱਕ ਖਾਲੀ ਪਲਾਟ ਅੰਦਰ ਕਈ ਗੱਡੀਆਂ ਖੜੀਆਂ ਸੀ, ਉਹਨਾਂ ਦੇ ਉੱਤੇ ਕੰਧਾਂ ਡਿੱਗ ਪਈਆਂ ਨੇ, ਜਿਸ ਕਰਕੇ 5 ਗੱਡੀਆਂ ਦਾ ਨੁਕਸਾਨ ਹੋ ਗਿਆ ਹੈ। ਲੱਖਾਂ ਰੁਪਏ ਦੀ ਲਗਜ਼ਰੀ ਗੱਡੀਆਂ ਸੀ ਇਹ, ਜਿਨ੍ਹਾਂ ਦੇ ਉੱਤੇ ਕੰਧ ਡਿੱਗੀ ਹੈ। ਕੰਧਾਂ ਡਿੱਗਣ ਦੇ ਕਾਰਨ ਦੇਖ ਸਕਦੇ ਹੋ ਗੱਡੀਆਂ ਦਾ ਕੀ ਹਾਲ ਹੋਇਆ, ਅਤੇ ਹੁਣ ਇਹਨਾਂ ਗੱਡੀਆਂ ਦੇ ਜਿਹੜੇ ਮਾਲਕ ਨੇ ਉਹ ਸਰਕਾਰ ਦੇ ਕੋਲੋਂ ਮੰਗ ਕਰ ਰਹੇ ਨੇ ਕਿ ਜਲਦ ਤੋਂ ਜਲਦ ਅਤੇ ਜੇਕਰ ਹੋ ਸਕੇ ਉਹਨਾਂ ਦੀ ਗੱਡੀਆਂ ਦੀ ਰਿਪੇਅਰੈਂਸ ਦੇ ਪੈਸੇ ਦੇਣ, ਨਹੀਂ ਤਾਂ ਗੱਡੀਆਂ ਦਾ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਇਹ ਪ੍ਰਾਕਿਰਤਿਕ ਆਪਦਾ ਹੈ, ਇਹ ਕਿਸੇ ਦੇ ਲਿਆਇਆ ਨਹੀਂ ਲਿਆਂਦੀ, ਇਹ ਆਪਣੇ ਆਪ ਆਈ ਹੈ। ਇਸ ਕਰਕੇ ਜ਼ੀਰਕਪੁਰ ਵਿਖੇ ਵੀ ਇੱਕ ਜਿਹੜਾ ਬੋਰਡ ਹੈ, ਸਾਈਨ ਬੋਰਡ ਸੀ, ਉਹ ਡਿੱਗ ਪਿਆ ਗੱਡੀਆਂ 'ਤੇ, ਉੱਥੇ ਵੀ ਗੱਡੀਆਂ ਨੁਕਸਾਨੀਆਂ ਗਈਆਂ। ਅਤੇ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਗੱਡੀਆਂ ਇੱਕ ਖਾਲੀ ਪਲਾਟ ਦੇ ਅੰਦਰ ਪਾਰਕਿੰਗ ਦੇ ਵਿੱਚ ਲੱਗੀਆਂ ਸੀ, ਅਚਾਨਕ ਉਹਨਾਂ ਦੇ ਉੱਤੇ ਹਨੇਰੀ ਕਾਰਨ ਜਿਹੜੀ ਕੰਧਾਂ ਡਿੱਗ ਪਈਆਂ ਅਤੇ ਗੱਡੀਆਂ ਦਾ ਬੁਰਾ ਹਾਲ ਹੋ ਗਿਆ। ਗੱਡੀ ਤਾਂ ਰੋਜ਼ ਹੀ ਇੱਥੋਂ ਲਿਆ ਕੇ ਮੁੰਡਾ ਇੱਥੇ ਖੜੀ ਕਰਦਾ ਹੈ, ਅੰਦਰ ਥੜੀ ਉੱਚੀ ਹੈ ਵੀ ਜਾ ਨਹੀਂ ਸਕਦੀ, ਥੜੀ ਨੀਵੇਂ ਕਰਾ ਕੇ ਫਿਰ ਉਹ ਅੰਦਰ ਖੜੀ ਕਰ ਸਕਦੇ। ਇਹ ਖਾਲੀ ਪਲਾਟ ਹੈ, ਹਾਂਜੀ, ਇੱਥੇ ਖਿਲਾਰਦੇ ਤਕਰੀਬਨ ਕਈ ਲੋਕ ਇੱਥੇ ਖਿਲਾਰਦੇ। ਅਸੀਂ ਵੀ ਇੱਥੇ ਰਾਤੀ ਮੁੰਡੇ ਨੇ ਇੱਥੇ ਆ ਕੇ ਖਿਲਾਰੀ ਤੇ ਘਰੇ ਵੜਿਆ ਤੇ ਨਾਲ ਹੀ। ਕੀ ਹੋਇਆ ਪਿੱਛੋਂ ਤੂਫਾਨ ਆਇਆ ਕੀ? ਹਾਂ, ਤੂਫਾਨ ਤਾਂ ਚੱਲ ਹੀ ਰਿਹਾ ਸੀ, ਆਤੀ ਤੂਫਾਨ ਤੇ ਆ ਰਿਹਾ ਸੀ। ਹਾਂ, ਹਵਾ ਤਾਂ ਕਾਫੀ ਤੇਜ਼ ਸੀ। ਇਹ ਡਿੱਗਿਆ ਕੀ? ਡੁੱਗਿਆ ਤੇ ਉਹ ਬੀਮ ਜਾ ਗਿਰਿਆ ਜੀ ਉੱਤੇ ਇੱਟਾਂ ਦਾ। ਹਾਂ, ਉਹਦੇ ਨਾਲ ਗੱਡੀਆਂ ਥੱਲੇ ਆ ਗਈਆਂ। ਉਹਦੇ ਥੱਲੇ ਆ ਗਈਆਂ ਕਿੰਨੀਆਂ ਗੱਡੀਆਂ ਥੱਲੇ ਆ ਗਈਆਂ? ਮੈਂ ਤਾਂ ਰਾਤ ਨੂੰ ਦੇਖਿਆ 2 ਗੜੀਆਂ ਸੀ, 2-3 ਥੱਲੇ ਆਈਆਂ ਹੋਈਆਂ, ਹੋਰ ਵੀ ਆਈਆਂ ਨੇ। ਹਾਂ, ਹੋਰ ਪਤਾ ਨਹੀਂ ਕਿਹਨੇ ਕੀਦੀਆਂ ਕੀਦੀਆਂ ਸੀ। ਸਾਰੇ ਘਰ ਇੱਥੇ ਰੋਕਦੇ ਸੀ? ਇਹ ਤਾਂ ਹੁਣ ਮੇਰੇ ਵੱਡੇ ਬ੍ਰਦਰ ਨੂੰ ਪਤਾ, ਮੈਂ ਤਾਂ ਉਹਨਾਂ ਦੇ ਕੋਲ ਰਹਿੰਦਾ ਕਿ ਕਿਹੜੇ ਘਰ ਹੈ ਕਿਹੜੇ ਨਹੀਂ। ਹੁਣ ਕਿੰਨੇ ਦਾ ਨੁਕਸਾਨ ਜਿਹੜਾ ਹੋਇਆ, ਗੱਡੀਆਂ ਡੈਮੇਜ ਹੋ ਗਈਆਂ? ਹੈਂ, ਕਿੰਨੀਆਂ ਡੈਮੇਜ ਹੋ ਗਈਆਂ ਨੇ, ਜਿਹੜਾ ਨੁਕਸਾਨ ਹੋਇਆ ਕਿੰਨੇ ਦਾ? ਨੁਕਸਾਨ 7-8 ਲੱਖ ਰੁਪਏ ਦਾ ਲਾ ਲਓ ਜੀ ਇਹਨਾਂ ਦਾ ਹੋਇਆ ਜੀ। ਉਹਨਾਂ 4 ਸਾਲ ਪੁਰਾਣੀ ਗੱਡੀ ਹੈਗੀ ਹੈ, ਹੋਰ ਵੀ ਹੋ ਗਿਆ ਜਿਹੜੀ ਬਾਕੀ ਹੋਰ ਜਿਹੜੀ ਗੱਡੀਆਂ ਉਹਨਾਂ ਦਾ ਵੀ ਹੋਇਆ, 15-20 ਟੋਟਲ 15-20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪ੍ਰਸ਼ਾਸਨ ਦੀ ਮੰਗ ਹੈ, ਸਰਕਾਰ ਤੋਂ ਮੰਗ ਇਹ ਹੈ ਵੀ ਸਾਡੀ ਗੱਡੀ ਦਾ ਕਲੇਮ ਕਲੂਮ ਦਿੱਤਾ ਜਾਵੇ, ਸਾਡੀ ਮਦਦ ਕੀਤੀ ਜਾਵੇ। ਇਹ ਰਾਤ ਨੂੰ ਬਹੁਤ ਜ਼ਿਆਦਾ ਹਨੇਰੀ ਸੀਗੀ ਔਰ ਕੰਧ ਕੋਈ ਇੰਨੀ ਸੋਲਿਡ ਨਹੀਂ ਲੱਗ ਰਹੀ ਸੀਗੀ। ਕਾਫੀ ਦੇਰ ਤੋਂ ਬੈਂਕ ਦੇ ਪੋਜੈਸ਼ਨ ਸੀਗੀ, ਐਵਰੀ ਜ਼ਮੀਨ ਦੇਵਰਾ ਹਾਈਟੈਕ ਫੈਕਟਰੀ ਸੀ ਪਹਿਲੇ, ਅਤੇ ਉਹਦੇ ਕਾਰਨ ਕੰਧ ਕਮਜ਼ੋਰ ਹੋਣ ਕਾਰਨ ਜਿਹੜੀ ਹੈ ਉਹ ਇੱਕੋਦਮ ਅਚਾਨਕ ਹੀ ਗਿਰ ਗਈ। ਬਹੁਤ ਤੇਜ਼ ਆਉਂਦੀ ਸੀ ਜੀ, ਅਤੇ ਨਹੀਂ ਜਾਨੀ ਨੁਕਸਾਨ ਤਾਂ ਬਚਾਵ ਹੋ ਗਿਆ, ਥੋੜ੍ਹੀ ਦੇਰ ਪਹਿਲਾਂ ਹੀ ਲਗਾ ਕੇ ਗਏ ਸੀ ਗੱਡੀ। ਅਤੇ ਹਾਂਜੀ, ਗੱਡੀਆਂ ਖਾਲੀ ਸੀਗੀਆਂ, ਕੋਈ ਹੈ ਨਹੀਂ ਸੀਗਾ,
ਦੋ ਤਿੰਨ ਜਣੇ ਤਾਂ ਬਾਲ ਬਾਲ ਬਚੇ, ਉਹ ਪਹਿਲੇ ਹੀ 2 ਮਿੰਟ ਪਹਿਲੇ ਲੈ ਕੇ ਗਏ ਸੀਗੇ ਗੱਡੀ ਆਪਣੀ ਇੱਥੋਂ ਚੱਕ ਕੇ, ਅਤੇ ਬਾਕੀ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਅਤੇ ਕਿੰਨੀਆਂ ਗੱਡੀਆਂ ਟੁੱਟ ਗਈਆਂ? ਟੋਟਲ 3 ਬਿਲਕੁਲ ਹੀ ਖਤਮ ਹੋ ਗਈਆਂ ਨੇ, ਅਤੇ ਹਾਂ 2 ਗੱਡੀਆਂ ਥੋੜ੍ਹੀਆਂ ਡੈਮੇਜ ਹੋਈਆਂ ਸੀ, ਉਹ ਲੈ ਕੇ ਠੀਕ ਕਰਵਾ ਰਹੇ ਨੇ। ਕਿੰਨੀਆਂ ਗੱਡੀਆਂ ਥੱਲੇ? ਟੋਟਲ 3 ਬਿਲਕੁਲ ਡੈਮੇਜ ਹੋਈਆਂ, ਅਤੇ 2 ਨੂੰ ਥੋੜ੍ਹਾ ਥੋੜ੍ਹਾ ਨੁਕਸਾਨ ਹੋਇਆ। 5 ਗੱਡੀਆਂ ਸੀਗੀਆਂ, ਅਤੇ ਲੇਕਿਨ ਉਹਨਾਂ ਨੂੰ ਬਹੁਤ ਮਾਮੂਲੀ ਜਿਹਾ ਨੁਕਸਾਨ ਹੋਇਆ, 3 ਤਾਂ ਬਿਲਕੁਲ ਹੀ ਖਤਮ ਹੋ ਗਈਆਂ ਨੇ। ਅਤੇ ਪ੍ਰਸ਼ਾਸਨ ਨੂੰ ਇਹ ਮੰਗ ਹੈ ਸਾਡੀ ਵੀ ਇਹਨਾਂ ਦਾ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਭਰਵਾਈ ਕੀਤੀ ਜਾਏ, ਤਾਂ ਕਿ ਕੁਛ ਰਿਲੀਫ ਮਿਲੇ, ਕਿਉਂਕਿ ਇਹ ਨੈਗਲੀਜੈਂਸੀ ਹੈ ਜਿਹਨਾਂ ਦੀ ਦੀਵਾਰ ਸੀ ਜਾਂ ਜਿਹਨਾਂ ਦੀ ਮੋਡਗੇਜ ਕੀਤੀ ਹੋਈ ਸੀਗੀ, ਉਹਨਾਂ ਦੀ ਇੰਨੀ ਵੀਕ ਕਮਜ਼ੋਰ ਦੀਵਾਰ ਹੋ ਗਈ ਸੀ ਤਾਂ ਉਹਨੂੰ ਰਿਪੇਅਰ ਕਿਉਂ ਨਹੀਂ ਕਰਵਾਇਆ ਉਹਨਾਂ? ਹਾਂ, ਇਸ ਕਰਕੇ ਪ੍ਰਸ਼ਾਸਨ ਨੂੰ ਮੰਗ ਹੈ ਵੀ ਇਹਦੇ ਵੱਲ ਧਿਆਨ ਦਿੱਤਾ ਜਾਏ।